ਮੈਂ ਅੰਮ੍ਰਿਤਪਾਲ ਸਿੰਘ ਦਾ ਚਾਚਾ ਸੁਖਚੈਨ ਸਿੰਘ ਅਤੇ ਅੰਮ੍ਰਿਤਪਾਲ ਦੇ ਆਜ਼ਾਦ ਤੌਰ 'ਤੇ ਜਿਹੜੇ ਕਾਗਜ਼ ਭਰਨ ਵਾਸਤੇ ਆਏ ਹਾਂ ਇੱਥੇ, ਅਤੇ ਅਸੀਂ ਕੱਲ੍ਹ ਹੀ ਕਾਗਜ਼ ਉੱਥੋਂ ਕੰਪਲੀਟ ਕਰਾ ਕੇ ਲੈ ਕੇ ਆਏ ਹਾਂ ਤਾਂ ਅੱਜ ਇੱਕ ਅਸੀਂ ਸੈੱਟ ਜਿਹੜਾ ਦਾਖਲ ਕਰਵਾਤਾ ਹੈ ਅਤੇ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਆਏ ਸੀ। ਅਤੇ ਅਸੀਂ ਜਿਹੜਾ ਇੱਕ ਸ਼ਾਇਦ ਹੋ ਸਕਦਾ ਸੈੱਟ ਦੀ ਸਾਨੂੰ ਕੋਈ ਲੋੜ ਪਵੇ ਸੋਮਵਾਰ ਨੂੰ ਜਾਂ ਮੰਗਲਵਾਰ ਕਰਾਵਾਂਗੇ, ਬਾਕੀ ਸਭ ਠੀਕ ਹੈ। ਅੱਜ ਤੁਸੀਂ ਜੋ ਨੋਮੀਨੇਸ਼ਨ ਫਾਈਲ ਕਰਨ ਵਾਸਤੇ ਆਏ ਹੋ, ਕਿਉਂਕਿ ਭਾਈ ਅੰਮ੍ਰਿਤਪਾਲ ਸਿੰਘ ਨਾਲ ਨਹੀਂ ਆਏ, ਕੋਈ ਅੜਚਨ ਆਈ ਸੀ ਜਾਂ ਕਾਫੀ ਟਾਈਮ ਲੱਗਿਆ ਤੁਹਾਨੂੰ, ਕਾਰਨ ਕੀ ਰਿਹਾ ਇੰਨਾ ਟਾਈਮ ਲੱਗਣ ਦਾ? ਨਹੀਂ ਅੜਚਨ ਕੋਈ ਨਹੀਂ ਆ ਰਹੀ, ਇੱਕ ਅਕਾਊਂਟ ਦਾ ਮੈਟਰ ਉਹ ਵੀ ਹੱਲ ਹੋ ਜਾਊਗਾ, ਬਾਕੀ ਠੀਕ ਹੈ ਸਾਰਾ ਕੁਝ। ਸਾਨੂੰ ਬੜਾ ਹਰ ਜਗ੍ਹਾ ਤੋਂ ਸਾਡਾ ਜਿਹੜਾ ਕਾਗਜ਼ ਚੱਲਦੇ ਰਹੇਗਾ ਅੱਗੇ ਅੱਗੇ, ਅਤੇ ਮੁਸ਼ਕਲ ਤਾਂ ਆਈ ਦੂਰ ਦਾ ਕਰਕੇ ਆ, ਹੋਰ ਕੋਈ ਗੱਲ ਨਹੀਂ। ਨੋਮੀਨੇਸ਼ਨ ਫਾਈਲ ਹੋ ਗਈ ਹੈ? ਹਾਂਜੀ। ਅੱਜ ਤੁਹਾਡੇ ਨਾਲ ਆਇਆ ਕੌਣ ਕੌਣ ਸੀ? ਅੱਜ ਸਾਡੇ ਨਾਲ ਇੱਕ ਇਲੈਕਸ਼ਨ ਏਜੰਟ ਦੇ ਤੌਰ 'ਤੇ ਹਰਜੋਤ ਸਿੰਘ ਮਾਨ ਅਤੇ ਪ੍ਰੋਫੈਸਰ ਆਏ ਸੀਗੇ, ਅਤੇ ਇੱਕ ਸਾਡਾ ਜਿਹੜਾ ਲੀਗਲ ਐਡਵਾਈਜ਼ਰ ਹੈ ਗੁਰਪ੍ਰੀਤ ਸਿੰਘ ਸਾਹਿਬ, ਇਹੀ ਮੈਂਬਰ ਜਿਹੜੇ ਆਏ ਸਾਡੇ। ਇੱਕ ਹੋਰ ਆਏ ਸੀ ਤੁਹਾਡੇ ਨਾਲ ਰਿਸ਼ਤੇਦਾਰ, ਕੁਛ ਹੋਰ ਵੀ ਸੀ ਬਾਹਰ ਜਿਹੜੇ ਬਾਅਦ 'ਚ? ਨਹੀਂ ਉਹ ਪ੍ਰੋਪੋਜ਼ਰ ਦੇ ਤੌਰ 'ਤੇ ਲੈ ਕੇ ਆਏ ਸੀ। ਕੀ ਨਾਮ ਸੀ ਉਹਨਾਂ ਦਾ? ਉਹਨਾਂ ਦਾ ਨਾਂ ਇੱਕ ਤਾਂ ਕੁਲਵੰਤ ਸਿੰਘ, ਅਨੂਪ ਸਿੰਘ, ਸਰਵਣ ਸਿੰਘ। ਨਹੀਂ ਕਵਰਿੰਗ ਕੈਂਡੀਡੇਟ ਜਿਹੜਾ ਨਾ ਇਹ ਆਜ਼ਾਦ ਦਾ ਆਜ਼ਾਦ ਹੀ ਹੁੰਦਾ, ਉਹ ਅਸੀਂ ਸੋਮਵਾਰ ਜਾਂ ਮੰਗਲਵਾਰ ਨੂੰ। ਦੇਖੋ ਜੀ, ਸੰਗਤਾਂ ਦੇ ਪਿਆਰ ਦਾ ਹੀ ਸਦਕਾ ਅਸੀਂ ਸ਼ੁਰੂ ਕੀਤਾ ਇਹ ਕੰਮ, ਅਤੇ ਸੰਗਤਾਂ ਦਾ ਬਹੁਤ ਸਹਿਯੋਗ ਮਿਲ ਰਿਹਾ। ਪੰਜਾਬ ਵਾਸੀ ਸਾਰੇ ਹੀ ਧਰਮਾਂ ਤੋਂ ਜਾਤ ਪਾਤ ਤੋਂ ਉੱਪਰ ਉੱਠ ਕੇ ਜਿਹੜਾ ਸਾਨੂੰ ਸਹਿਯੋਗ ਦੇ ਰਿਹਾ, ਬੜਾ ਉਹਨਾਂ ਦਾ ਧੰਨਵਾਦ ਆ। ਪ੍ਰੈਸ ਦਾ ਵੀ ਬੜਾ ਧੰਨਵਾਦ ਆ ਕਿ ਪ੍ਰੈਸ ਵੀ ਸਾਨੂੰ ਜਿਹੜਾ ਵਾ ਕਵਰਿੰਗ ਦੇ ਰਹੀ ਹੈ। ਅੱਜ ਹਾਈਕੋਰਟ ਦੇ ਵਿੱਚ ਜਿਹੜੀ ਤੁਸੀਂ ਰਿਟ ਲਈ ਸੀ ਉਹ ਅੱਜ ਖਾਰਜ ਹੋ ਗਈ ਆ, ਉਹ ਕਹਿੰਦੇ ਕਿ ਜੇਲ੍ਹ ਦੇ ਵਿੱਚੋਂ ਚੋਣ ਲੜਨਗੇ, ਕੀ ਕਹਿਣਾ ਚਾਹੁੰਦੇ ਤੁਸੀਂ? ਹਾਂ ਨਹੀਂ ਦੇਖੋ, ਉਹ ਤਾਂ ਲਾ ਦੇ ਬਾਰੇ ਤਾਂ ਜੋ ਵੀ ਆ ਉੱਥੇ ਜਾਂ ਲੀਗਲ ਐਡਵਾਈਜ਼ਰ ਜਾਣਦੇ ਆ ਉਹਦੇ ਬਾਰੇ ਸਾਨੂੰ ਕੋਈ ਪਤਾ ਨਹੀਂ। ਕੱਲ੍ਹ ਵੀ ਗੱਲ ਕਹਿੰਦੀ ਆ ਕਿ ਭਾਈ ਸਾਹਿਬ ਸੰਵਿਧਾਨ ਨੂੰ ਮੰਨਦੇ ਨਹੀਂ, ਹੁਣ ਸੰਵਿਧਾਨ ਦੇ ਨਾਲ ਕਿੱਦਾਂ ਵੋਟ ਕਰਦੇ? ਦੇਖੋ ਜੀ, ਸੰਵਿਧਾਨ ਨੂੰ ਬੜੀਆਂ ਸਮਾਂ ਚੁੱਕ ਚੁੱਕ ਕੇ, ਅਤੇ ਦੇਖੋ ਜਿਹੜੇ ਕਿਹੜੇ ਕਿਹੜੇ ਵੱਡੇ ਵੱਡੇ ਫਰਾਡ ਹੋਏ ਆ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਸੰਵਿਧਾਨ ਦੇ ਮੁਤਾਬਕ ਜਿਹੜੀ ਕੋਈ ਹੋ ਸਕਦਾ ਉਹ ਕਰ ਲੈਣਾ ਚਾਹੀਦਾ, ਕੋਈ ਗੱਲ ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ। ਸੰਵਿਧਾਨ ਦੀ ਸਹੁੰ ਕਿਹੜੇ ਨੇ ਖਾਈ, ਕਿਹੜੇ ਕਿਹੜੇ ਘੁਟਾਲੇ ਕਰਕੇ ਬਾਹਰ ਚਲੇ ਗਏ, ਇਸ ਕਰਕੇ ਸੰਵਿਧਾਨ ਦੀਆਂ ਜਿਹੜੀਆਂ ਸਾਨੂੰ ਸਲਾਹਾਂ ਦਿੰਦੇ ਆ ਉਹਨਾਂ ਕਿੰਨਾ ਕੁ ਸੰਵਿਧਾਨ ਮੰਨਦੇ ਆ। ਥੈਂਕ ਯੂ। ਮੈਂ ਅੰਮ੍ਰਿਤਪਾਲ ਸਿੰਘ ਦਾ ਚਾਚਾ ਸੁਖਚੈਨ ਸਿੰਘ, ਅਤੇ ਅੰਮ੍ਰਿਤਪਾਲ ਦੇ ਆਜ਼ਾਦ ਤੌਰ 'ਤੇ ਜਿਹੜੇ ਕਾਗਜ਼ ਭਰਨ ਵਾਸਤੇ ਆਏ ਹਾਂ ਇੱਥੇ, ਅਤੇ ਅਸੀਂ ਕੱਲ੍ਹ ਹੀ ਕਾਗਜ਼ ਉੱਥੋਂ ਕੰਪਲੀਟ ਕਰਾ ਕੇ ਲੈ ਕੇ ਆਏ ਹਾਂ ਤਾਂ ਅੱਜ ਇੱਕ ਅਸੀਂ ਸੈੱਟ ਜਿਹੜਾ ਦਾਖਲ ਕਰਵਾਤਾ ਹੈ ਅਤੇ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਆਏ ਸੀ। ਅਤੇ ਅਸੀਂ ਜਿਹੜਾ ਇੱਕ ਸ਼ਾਇਦ ਹੋ ਸਕਦਾ ਸੈੱਟ ਦੀ ਸਾਨੂੰ ਕੋਈ ਲੋੜ ਪਵੇ ਸੋਮਵਾਰ ਨੂੰ ਜਾਂ ਮੰਗਲਵਾਰ ਕਰਾਵਾਂਗੇ, ਬਾਕੀ ਸਭ ਠੀਕ ਹੈ। ਅੱਜ ਤੁਸੀਂ ਜੋ ਨੋਮੀਨੇਸ਼ਨ ਫਾਈਲ ਕਰਨ ਵਾਸਤੇ ਆਏ ਹੋ, ਕਿਉਂਕਿ ਭਾਈ ਅੰਮ੍ਰਿਤਪਾਲ ਸਿੰਘ ਨਾਲ ਨਹੀਂ ਆਏ, ਕੋਈ ਅੜਚਨ ਆਈ ਸੀ ਜਾਂ ਕਾਫੀ ਟਾਈਮ ਲੱਗਿਆ ਤੁਹਾਨੂੰ, ਕਾਰਨ ਕੀ ਰਿਹਾ ਇੰਨਾ ਟਾਈਮ ਲੱਗਣ ਦਾ? ਨਹੀਂ ਅੜਚਨ ਕੋਈ ਨਹੀਂ ਆ ਰਹੀ, ਇੱਕ ਅਕਾਊਂਟ ਦਾ ਮੈਟਰ ਉਹ ਵੀ ਹੱਲ ਹੋ ਜਾਊਗਾ, ਬਾਕੀ ਠੀਕ ਹੈ ਸਾਰਾ ਕੁਝ। ਸਾਨੂੰ ਬੜਾ ਹਰ ਜਗ੍ਹਾ ਤੋਂ ਸਾਡਾ ਜਿਹੜਾ ਕਾਗਜ਼ ਚੱਲਦੇ ਰਹੇਗਾ ਅੱਗੇ ਅੱਗੇ, ਅਤੇ ਮੁਸ਼ਕਲ ਤਾਂ ਆਈ ਦੂਰ ਦਾ ਕਰਕੇ ਆ, ਹੋਰ ਕੋਈ ਗੱਲ ਨਹੀਂ। ਨੋਮੀਨੇਸ਼ਨ ਫਾਈਲ ਹੋ ਗਈ ਹੈ? ਹਾਂਜੀ। ਅੱਜ ਤੁਹਾਡੇ ਨਾਲ ਆਇਆ ਕੌਣ ਕੌਣ ਸੀ? ਅੱਜ ਸਾਡੇ ਨਾਲ ਇੱਕ ਇਲੈਕਸ਼ਨ ਏਜੰਟ ਦੇ ਤੌਰ 'ਤੇ ਹਰਜੋਤ ਸਿੰਘ ਮਾਨ ਅਤੇ ਪ੍ਰੋਫੈਸਰ ਆਏ ਸੀਗੇ, ਅਤੇ ਇੱਕ ਸਾਡਾ ਜਿਹੜਾ ਲੀਗਲ ਐਡਵਾਈਜ਼ਰ ਹੈ ਗੁਰਪ੍ਰੀਤ ਸਿੰਘ ਸਾਹਿਬ, ਇਹੀ ਮੈਂਬਰ ਜਿਹੜੇ ਆਏ ਸਾਡੇ। ਇੱਕ ਹੋਰ ਆਏ ਸੀ ਤੁਹਾਡੇ ਨਾਲ ਰਿਸ਼ਤੇਦਾਰ, ਕੁਛ ਹੋਰ ਵੀ ਸੀ ਬਾਹਰ ਜਿਹੜੇ ਬਾਅਦ 'ਚ? ਨਹੀਂ ਉਹ ਪ੍ਰੋਪੋਜ਼ਲ ਦੇ ਤੌਰ 'ਤੇ ਲੈ ਕੇ ਆਏ ਸੀ। ਕੀ ਨਾਮ ਸੀ ਉਹਨਾਂ ਦਾ? ਉਹਨਾਂ ਦਾ ਨਾਂ ਇੱਕ ਤਾਂ ਕੁਲਵੰਤ ਸਿੰਘ, ਅਨੂਪ ਸਿੰਘ, ਸਰਵਣ ਸਿੰਘ। ਨਹੀਂ ਕਵਰਿੰਗ ਕੈਂਡੀਡੇਟ ਜਿਹੜਾ ਨਾ ਇਹ ਆਜ਼ਾਦ ਦਾ ਆਜ਼ਾਦ ਹੀ ਹੁੰਦਾ, ਉਹ ਅਸੀਂ ਸੋਮਵਾਰ ਜਾਂ ਮੰਗਲਵਾਰ ਨੂੰ।
ਦੇਖੋ ਜੀ, ਸੰਗਤਾਂ ਦੇ ਪਿਆਰ ਦਾ ਹੀ ਸਦਕਾ ਅਸੀਂ ਸ਼ੁਰੂ ਕੀਤਾ ਇਹ ਕੰਮ, ਅਤੇ ਸੰਗਤਾਂ ਦਾ ਬਹੁਤ ਸਹਿਯੋਗ ਮਿਲ ਰਿਹਾ। ਪੰਜਾਬ ਵਾਸੀ ਸਾਰੇ ਹੀ ਧਰਮਾਂ ਤੋਂ ਜਾਤ ਪਾਤ ਤੋਂ ਉੱਪਰ ਉੱਠ ਕੇ ਜਿਹੜਾ ਸਾਨੂੰ ਸਹਿਯੋਗ ਦੇ ਰਿਹਾ, ਬੜਾ ਉਹਨਾਂ ਦਾ ਧੰਨਵਾਦ ਆ। ਪ੍ਰੈਸ ਦਾ ਵੀ ਬੜਾ ਧੰਨਵਾਦ ਆ ਕਿ ਪ੍ਰੈਸ ਵੀ ਉਹਨੂੰ ਜਿਹੜਾ ਵਾ ਕਵਰਿੰਗ ਦੇ ਰਹੀ ਹੈ। ਹਾਂਜੀ, ਦੇਖੋ ਉਹ ਤਾਂ ਹੁਣ ਲਾ ਦੇ ਬਾਰੇ ਤਾਂ ਜੋ ਵੀ ਆ ਉੱਥੇ ਜਾਂ ਲੀਗਲ ਐਡਵਾਈਜ਼ਰ ਜਾਣਦੇ ਆ, ਉਹਦੇ ਬਾਰੇ ਸਾਨੂੰ ਕੋਈ ਪਤਾ ਨਹੀਂ। ਕੱਲ੍ਹ ਵੀ ਗੱਲ ਕਹਿੰਦੀ ਆ ਵੀ ਭਾਈ ਸਾਹਿਬ ਸੰਵਿਧਾਨ ਨੂੰ ਮੰਨਦੇ ਨਹੀਂ, ਹੁਣ ਸੰਵਿਧਾਨ ਦੇ ਨਾਲ ਕਿੱਦਾਂ ਵੋਟ ਕਰਦੇ? ਦੇਖੋ ਜੀ, ਸੰਵਿਧਾਨ ਨੂੰ ਬੜੀਆਂ ਸਮਾਂ ਚੁੱਕ ਚੁੱਕ ਕੇ, ਅਤੇ ਦੇਖੋ ਜਿਹੜੇ ਕਿਹੜੇ ਕਿਹੜੇ ਵੱਡੇ ਵੱਡੇ ਫਰਾਡ ਹੋਏ ਆ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਸੰਵਿਧਾਨ ਦੇ ਮੁਤਾਬਕ ਜਿਹੜੀ ਕੋਈ ਹੋ ਸਕਦਾ ਉਹ ਕਰ ਲੈਣਾ ਚਾਹੀਦਾ, ਕੋਈ ਗੱਲ ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ। ਸੰਵਿਧਾਨ ਦੀ ਸਹੁੰ ਕਿਹੜੇ ਨੇ ਖਾਈ, ਕਿਹੜੇ ਕਿਹੜੇ ਘੁਟਾਲੇ ਕਰਕੇ ਬਾਹਰ ਚਲੇ ਗਏ, ਇਸ ਕਰਕੇ ਸੰਵਿਧਾਨ ਦੀਆਂ ਜਿਹੜੀਆਂ ਸਾਨੂੰ ਸਲਾਹਾਂ ਦਿੰਦੇ ਆ ਉਹਨਾਂ ਕਿੰਨਾ ਕੁ ਸੰਵਿਧਾਨ ਮੰਨਦੇ ਆ। ਥੈਂਕ ਯੂ।